ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਸ ਤੌਰ 'ਤੇ ਨੌਜਵਾਨ ਵੀਰਾਂ ਭੈਣਾਂ ਨੂੰ ਆ ਕਿ ਅੱਜ ਵਾਲੀ ਵੀਡੀਓ ਸਾਰੀ ਜ਼ਰੂਰ ਦੇਖਿਓ। ਦਰਸ਼ਨ ਹੋ ਰਹੇ ਆ ਜੀ ਗੁਰਦੁਆਰਾ ਭਾਈ ਜੋਗਾ ਸਿੰਘ ਜੀ ਹੁਸ਼ਿਆਰਪੁਰ ਦੇ ਵਿੱਚ। ਜਨਮ ਹੁੰਦਾ ਪਿਸ਼ਾਵਰ ਦੇ ਵਿੱਚ, ਪਿਸ਼ਾਵਰ ਜਿਹੜਾ ਅਫਗਾਨਿਸਤਾਨ ਦੇ ਬਾਰਡਰ ਦੇ ਕੋਲ ਪੈਂਦਾ ਪਾਕਿਸਤਾਨ ਦੇ ਵਿੱਚ। ਪਿਤਾ ਦਾ ਨਾਂ ਗੁਰਮੁਖ ਸਿੰਘ ਆ। ਪਿਤਾ ਜੀ ਜੋਗਾ ਸਿੰਘ ਨੂੰ ਲੈ ਕੇ ਆਉਂਦੇ ਬਚਪਨ ਦੇ ਵਿੱਚ ਹੀ ਆਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਦੇ ਕੋਲ। ਦਸਵੇਂ ਪਾਤਸ਼ਾਹ ਕੋਲ ਆਉਂਦੇ ਆ, ਦਸਵੇਂ ਪਾਤਸ਼ਾਹ ਪੁੱਛਦੇ ਤੇਰਾ ਨਾਂ ਕੀ? ਕਹਿੰਦਾ ਜੀ ਜੋਗਾ। ਗੁਰੂ ਸਾਹਿਬ ਕਹਿੰਦੇ ਕਿਹਦੇ ਜੋਗਾ, ਕਿਹਦੇ ਜੋਗਾ? ਕਹਿੰਦਾ ਜੀ ਤੁਹਾਡੇ ਜੋਗਾ। ਜਦੋਂ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੂੰ ਇਹ ਕਿਹਾ ਤਾਂ ਗੁਰੂ ਸਾਹਿਬ ਕਹਿੰਦੇ ਜੇ ਤੂੰ ਸਾਡੇ ਜੋਗਾ ਤਾਂ ਗੁਰੂ ਤੇਰੇ ਜੋਗਾ, ਅਸੀਂ ਤੇਰੇ ਜੋਗੇ। ਉਸ ਦਿਨ ਤੋਂ ਗੁਰੂ ਸਾਹਿਬ ਦੇ ਵਿੱਚ ਅਤੇ ਭਾਈ ਜੋਗਾ ਜੀ ਦੇ ਵਿੱਚ ਇੱਕ ਸਪੈਸ਼ਲ ਬੌਂਡ ਬਣ ਗਿਆ। ਮਹਾਰਾਜ ਦੇ ਹਜ਼ੂਰੀ ਦੇ ਸੇਵਾਦਾਰ ਭਾਈ ਜੋਗਾ ਸਿੰਘ ਜੀ, ਜਵਾਨੀ ਦੀ ਉਮਰ ਆਉਂਦੀ ਆ, ਇੱਕ ਦਿਨ ਪਿਤਾ ਗੁਰਮੁਖ ਸਿੰਘ ਕਹਿੰਦੇ ਆ ਜੀ ਆਨੰਦ ਕਾਰਜ ਦਾ ਜਿਹੜਾ ਇਹਨਾਂ ਦਾ ਸਮਾਂ ਆ ਗਿਆ ਵਾ, ਅਸੀਂ ਇਹਨਾਂ ਨੂੰ ਪਿਸ਼ਾਵਰ ਜਾ ਕੇ ਇਹਨਾਂ ਦਾ ਆਨੰਦ ਕਾਰਜ ਕਰਾਈਏ। ਗੁਰੂ ਸਾਹਿਬ ਆਗਿਆ ਦਿੰਦੇ ਆ। ਦੇਖੋ ਜੀ, ਜਿਹਦਾ ਤਾਂ ਗੁਰੂ ਨਾਲ ਪਿਆਰ ਨਹੀਂ ਉਹਦੇ ਗੱਲ ਅਲੱਗ ਆ, ਅਤੇ ਜਿਹਦਾ ਪਿਆਰ ਆ, ਯਾਦ ਰੱਖਿਓ ਜਿਹੜਾ ਸਕੂਲ ਜਾਂਦਾ ਉਹਦੇ ਇਗਜ਼ਾਮ ਵੀ ਹੋਣੇ ਆ ਔਰ ਇਗਜ਼ਾਮ ਪਾਸ ਵੀ ਕਰਨੇ ਪੈਣੇ। ਜਿਹਦਾ ਗੁਰੂ ਦੇ ਨਾਲ ਪਿਆਰ ਆ, ਗੁਰੂ ਸਾਹਿਬ ਕਈ ਵਾਰੀ ਫਿਰ ਪਿਆਰ ਚੈੱਕ ਕਰਨ ਲਈ ਇਗਜ਼ਾਮ ਵੀ ਲੈਂਦੇ ਆ, ਜਾਂਦਾ ਵਾ ਮਗਰ ਹੀ ਇੱਕ ਸਿੱਖ ਨੂੰ ਭੇਜ ਦਿੰਦੇ ਆ, ਚਿੱਠੀ ਲਿਖ ਕੇ ਹੁਕਮਨਾਮਾ ਲਿਖ ਕੇ ਦੇ ਦਿੰਦੇ ਕਿ ਜਦੋਂ ਉਹਨੇ ਦੋ ਲਾਵਾਂ ਲੈ ਲਈਆਂ ਨਾ ਆਪਣੇ ਆਨੰਦ ਕਾਰਜ ਦੀਆਂ ਤਾਂ ਤੂੰ ਇਹ ਚਿੱਠੀ ਉਹਨੂੰ ਦੇ ਦੀ। ਭਾਈ ਜੋਗਾ ਸਿੰਘ ਦਾ ਆਨੰਦ ਕਾਰਜ ਹੋ ਰਿਹਾ, ਲਾਵਾਂ ਲੈ ਰਹੇ, ਦੋ ਲਾਵਾਂ ਤੋਂ ਵਿੱਚ ਹੀ ਉਹ ਜਿਹੜਾ ਸਿੱਖ ਆ ਉਹ ਦੇ ਦਿੰਦਾ ਚਿੱਠੀ ਹੁਕਮਨਾਮਾ, ਔਰ ਉਹਦੇ ਉੱਤੇ ਲਿਖਿਆ ਵਾ ਕਿ ਜਿਹੜਾ ਕੰਮ ਤੂੰ ਇਸ ਵੇਲੇ ਕਰ ਰਿਹਾ ਉਸ ਕੰਮ ਨੂੰ ਵਿੱਚੇ ਹੀ ਛੱਡ ਕੇ ਅਤੇ ਉਸੇ ਵੇਲੇ ਆਨੰਦਪੁਰ ਸਾਹਿਬ ਨੂੰ ਤੁਰ ਪਾ। ਆਪਣੇ ਆਪ ਨੂੰ ਇਸ ਸਿਚੁਏਸ਼ਨ 'ਚ ਪਾ ਕੇ ਦੇਖੋ, ਸ਼ਾਇਦ ਬਹੁਤੇ ਅਤੇ ਰਿਸ਼ਤੇਦਾਰ ਵੀ ਹਰ ਕੋਈ ਕਹੇਗਾ ਦੋ ਲਾਵਾਂ ਹੋਰ ਆ, ਕੋਈ ਗੱਲ ਨਹੀਂ ਲੈ ਲਓ। ਇਹ ਵਿਚਿੱਤਰ ਜੀ ਗੱਲ ਆ, ਇਹਦੇ ਉੱਤੇ ਕਿੰਤੂ ਪਰੰਤੂ ਕਰਨ ਵਾਲੇ ਬੜੇ ਹੋਣੇ, ਪਰ ਭਾਈ ਜੋਗਾ ਸਿੰਘ ਜੀ ਨੇ ਆਪਣੀਆਂ ਲਾਵਾਂ ਛੱਡੀਆਂ ਵਿੱਚੇ ਹੀ, ਕਿਹਾ ਮੇਰੇ ਗੁਰੂ ਦਾ ਹੁਕਮ ਆ ਮੈਂ ਹੁਣੇ ਹੀ ਜਾਣਾ, ਔਰ ਉਸੇ ਵੇਲੇ ਉੱਥੋਂ ਚੱਲ ਪਏ ਆਨੰਦਪੁਰ ਸਾਹਿਬ ਵੱਲ। ਹੁਣ ਜਿੱਥੇ ਅਸੀਂ ਖੜ੍ਹੇ ਹਾਂ ਨਾ, ਇੱਥੋਂ ਤਕਰੀਬਨ 700 ਕਿਲੋਮੀਟਰ ਦੂਰ ਆ ਪਿਸ਼ਾਵਰ। ਪਿਸ਼ਾਵਰ ਤੋਂ 700 ਕਿਲੋਮੀਟਰ ਦੂਰ ਇੱਥੇ ਚੱਲ ਕੇ ਆ ਜਾਂਦੇ, ਅਤੇ ਯਾਦ ਰੱਖਿਓ ਇੱਥੋਂ ਸਿਰਫ 100 ਕਿਲੋਮੀਟਰ ਤੋਂ ਵੀ ਘੱਟ ਰਹਿ ਗਿਆ ਆਨੰਦਪੁਰ ਸਾਹਿਬ ਅੱਗੇ। 700 ਕਿਲੋਮੀਟਰ ਦਾ ਪੈਂਡਾ ਜਿਹੜਾ ਵਾ ਉਹਦੇ ਵਿੱਚ ਮਨ ਦੇ ਵਿੱਚ ਬੜੇ ਖਿਆਲ ਆਉਂਦੇ, ਔਰ ਇੱਕ ਖਿਆਲ ਇਹ ਬਹੁਤ ਪ੍ਰਬਲ ਹੋ ਜਾਂਦਾ ਕਿ ਮੇਰੇ ਵਰਗਾ ਗੁਰੂ ਦਾ ਸਿੱਖ ਕੋਈ ਨਹੀਂ ਹੋਣਾ ਜਿਹਨੂੰ ਗੁਰੂ ਨਾਲ ਇੰਨਾ ਪਿਆਰ ਹੋਵੇ ਕਿ ਆਪਣੀਆਂ ਲਾਵਾਂ ਵੀ ਵਿੱਚੇ ਛੱਡ ਕੇ ਚੱਲ ਗਏ। ਇਹ ਹੰਕਾਰ ਜਦੋਂ ਹੋਇਆ, ਇਹ ਥਾਂ ਜਿੱਥੇ ਅਸੀਂ ਖੜ੍ਹੇ ਹਾਂ ਨਾ ਜੀ ਇਸ ਵੇਲੇ, ਇੱਥੇ ਇੱਕ ਵੇਸਵਾ ਦਾ ਕੋਠਾ ਸੀਗਾ। ਅੱਗੇ ਗਲੀ ਹੈ, ਗਲੀ ਦੇ ਉੱਧਰ ਸਰਾਮ ਆ ਜਿੱਥੇ ਤੁਸੀਂ ਗੁੰਬਦ ਦਰਸ਼ਨ ਕਰ ਰਹੇ ਹਾਂ, ਉਹ ਸਰਾਮ ਆ। ਸਰਾਂ ਦੇ ਵਿੱਚ ਰਾਤ ਰੁਕੇ ਆ ਭਾਈ ਜੋਗਾ ਸਿੰਘ ਜੀ, ਔਰ ਜਦੋਂ ਨਜ਼ਰ ਪਈ ਵੇਸਵਾ ਦੇ ਉੱਤੇ ਤਾਂ ਡੋਲ ਗਏ। ਵਿੱਚ ਛੋਟੀ ਜਿਹੀ ਗਲੀ ਆ ਅਤੇ ਮਨ ਦੇ ਵਿੱਚ ਫਿਰ ਖਿਆਲ ਆਉਣੇ ਸ਼ੁਰੂ ਹੋ ਗਏ। ਅੱਗੇ ਕੀ ਹੋਇਆ, ਉਸ ਤੋਂ ਪਹਿਲਾਂ ਗੁਰਬਾਣੀ ਦੀ ਥੋੜ੍ਹੀ ਜਿਹੀ ਜਾਂਚ ਕਰੀਏ। ਅਸੀਂ ਜਿਹੜੇ ਅੱਜ ਕੱਲ੍ਹ ਦੇ ਸਿੱਖ ਹਾਂ, ਖਾਸ ਤੌਰ 'ਤੇ ਸਾਨੂੰ ਇਹ ਜਿਹੜਾ ਯੋਗਾ ਇਸ ਵੇਲੇ ਕਾਮ ਦੇ ਵਿੱਚ ਅੰਨਾ ਹੋਇਆ, ਇਸ ਯੁੱਗ ਦੇ ਵਿੱਚ ਵੀ ਜਿਹੜੀ ਹੈ ਇਸ ਚੀਜ਼ ਦੀ ਬਹੁਤ ਲੋੜ ਪਏਗੀ। ਮਹਾਰਾਜ ਕਹਿੰਦੇ ਦੇ ਕਵਾੜ ਅਣਖ ਪੜਦੇ ਮੈਂ ਪਰ ਦਾਰਾ ਸੰਗ ਫਾਕੈ। ਕਹਿੰਦੇ ਤੂੰ ਬਹੁਤ ਦਰਵਾਜ਼ੇ ਬੰਦ ਕਰ ਲੈਂਦਾ, ਪੜਦੇ ਸਾਰੇ ਲਾ ਲੈਂਦਾ, ਹਰ ਤਰ੍ਹਾਂ ਦੀਆਂ ਰੋਕਾਂ ਲਾ ਲੈਂਦਾ ਕਿਸੇ ਨੂੰ ਪਤਾ ਨਾ ਲੱਗੇ, ਅਤੇ ਪਰਾਈ ਇਸਤਰੀ ਦੇ ਨਾਲ ਤੂੰ ਸੰਗ ਕਰਦਾ, ਅਤੇ ਪਰਾਈ ਇਸਤਰੀ ਪਰਾਏ ਮਰਦ ਦੇ ਨਾਲ ਕਰਦੀ, ਕੁਕਰਮ ਕਰਦੇ ਜਿਹਨੂੰ ਪੰਜਾਬੀ ਦੀ ਆਮ ਭਾਸ਼ਾ 'ਚ ਕਹਿੰਦੇ ਖੇ ਖਾਣੀ। ਕਹਿੰਦੇ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢੱਕ ਹੈ। ਇੱਥੇ ਦੁਨੀਆ ਤੋਂ ਤੂੰ ਪੜਦਾ ਢੱਕ ਲਿਆ, ਦਰਵਾਜ਼ੇ ਬੰਦ ਕਰ ਲਏ, ਪਰ ਜਦੋਂ ਉਸ ਦਰਗਾਹ ਦੇ ਵਿੱਚ ਧਰਮਰਾਜ ਜੀ ਜਿਹਨੂੰ ਕਹਿੰਦੇ ਆ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢੱਕ, ਉੱਥੇ ਤੇਰਾ ਪੜਦਾ ਕੌਣ ਟੱਕੂਗਾ? ਸੋਚ ਤਾਂ ਸਹੀ ਇੱਕ ਵਾਰੀ, ਉੱਥੇ ਕਿਸੇ ਨੇ ਨਹੀਂ ਢੱਕਣਾ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਬਾਅਦ 'ਚ ਇਸ ਗੱਲ ਤੋਂ ਨਹੀਂ ਇਹ ਕੰਮ ਕਰਨਾ। ਹੁਣ ਵੇਖੋ ਜੀ, ਕੋਈ ਕਿਸੇ ਦਾ ਕਤਲ ਕਰ ਦੇ, ਆਪਾਂ ਨੂੰ ਪਤਾ ਇੱਕ ਅੱਧੇ ਮਿੰਟ ਦੀ, ਇੱਕ ਮਿੰਟ ਦੀ ਗੱਲ ਹੁੰਦੀ ਆ, ਉਸ ਤੋਂ ਬਾਅਦ 'ਚ ਉਹਨੂੰ 14 ਸਾਲ ਦੀ ਜੇਲ, ਫਾਂਸੀ ਤੱਕ ਦੀ ਲਾਈਫ ਟਾਈਮ ਦੀ ਹੋ ਜਾਂਦੀ ਆ ਸਜ਼ਾ, ਆਪਾਂ ਨੂੰ ਪਤਾ ਉਹਦੀ ਸਜ਼ਾ ਹੁੰਦੀ ਆ। ਹੁਣ ਪਰਾਏ ਸੰਗ ਦੀ ਸਜ਼ਾ ਕੀ ਆ? ਗੁਰਬਾਣੀ ਅਨੁਸਾਰ ਸੁਣੋ, ਨਿਮਖ ਕਾਮ ਸਵਾਦ ਕਾਰਨ। ਨਿਮਖ, ਇੱਕ ਨਿਮਖ ਹੁੰਦਾ ਅੱਖ ਝਮੱਕ ਕੇ ਖੁੱਲਣੀ, ਕਰਕੇ ਵੇਖ ਲਓ ਕਿੰਨਾ ਕੁ ਸਮਾਂ। ਕਹਿੰਦੇ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ। ਇੱਕ ਇੰਨੇ ਕੇ ਸਵਾਦ ਬਦਲੇ, ਪਰਾਏ ਸੰਗ ਬਦਲੇ, ਤੂੰ ਕਰੋੜਾਂ ਦਿਨ ਮੁੜ ਕੇ ਦੁੱਖ ਪਾਏਗਾ। ਇਸ ਕਰਕੇ ਯਾਦ ਰੱਖਿਓ, ਜਿਹੜੇ ਦੁੱਖਾਂ 'ਚੋਂ ਅਸੀਂ ਲੰਘ ਰਹੇ ਨਾ ਇਸ ਵੇਲੇ ਕਲਯੁਗੀ ਜੀਵ, ਇਹ ਪਰਮੇਸ਼ਰ ਦੇ ਦਿੱਤੇ ਹੋਏ ਨਹੀਂ ਆ, ਇਹ ਅਸੀਂ ਆਪਣੇ ਸਹੇੜੇ ਆ। ਘੜੀ ਮੋਹਤ ਰੰਗ ਮਾਣੈ ਫਿਰ ਬਹੁਰ ਬਹੁਰ ਪਛਤਾਵੈ। ਤੂੰ ਥੋੜ੍ਹੀ ਜਿਹੀ ਘੜੀ ਇੱਕ ਆਨੰਦ ਮਾਣੇਗਾ, ਪਰ ਉਹ ਤੋਂ ਬਾਅਦ 'ਚ ਤੇਰੀ ਜ਼ਿੰਦਗੀ 'ਚ ਬਾਰ ਬਾਰ ਪਛਤਾਵਾ। ਹੁਣ ਬਹੁਰ ਬਹੁਰ ਇਜ਼ ਐਂਡਲੈਸ, ਲਿਮਿਟਲੈਸ, ਕੁਛ ਪਤਾ ਨਹੀਂ। ਯਾਦ ਰੱਖਿਓ, ਸਾਡੀ ਉਮਰ ਜੇ 100 ਸਾਲ ਵੀ ਹੋ ਜੇ, 36,500 ਦੇ ਕਰੀਬ ਅਸੀਂ ਦਿਨ ਜੀਨੇ ਹਾਂ, ਅਤੇ ਮਹਾਰਾਜ ਨੇ ਕਿਹਾ ਕਰੋੜਾਂ ਦਿਨ ਦੁੱਖ ਪਾਏਗਾ।
ਕਿੰਨੀਆਂ ਕਿ ਜਿਹੜੀਆਂ ਜੂਨਾਂ ਫਿਰ ਉਸ ਤੋਂ ਬਾਅਦ ਦੁੱਖ ਪਾਏਗਾ ਕੈਲਕੂਲੇਸ਼ਨ ਆਪ ਕਰ ਲਓ ਸਮਾਂ ਆਪਣੇ ਕੋਲ ਥੋੜਾ ਇਸੇ ਕਰਕੇ ਗੁਰੂ ਸਾਹਿਬ ਨੇ ਬੜੀ ਸਖਤੀ ਨਾਲ ਕਹਿ ਦਿੱਤਾ ਜੈਸਾ ਸੰਗ ਬਿਸੀਅਰ ਸਿਓ ਹੈ ਰੇ ਤੈਸੋ ਹੀ ਇਹ ਪਰਗਰੇ ਪਰਾਏ ਘਰ ਤੂੰ ਜਾਣਾ ਵਾ ਪਰ ਸੋਚ ਲੈ ਐ ਸਮਝ ਲੈ ਜਿਵੇਂ ਸੱਪ ਦਾ ਸੰਗ ਆ ਬਿਸੀਅਰ ਹੁੰਦਾ ਸੱਪ ਤੇ ਯਾਦ ਰੱਖਿਓ ਸੱਪ ਨੂੰ ਦੂਰੋਂ ਵੇਖ ਕੇ ਦੂਰੋਂ ਭੱਜ ਜੀਦਾ ਵਾ ਬਹੁਤੀ ਵਾਰੀ ਮੂੰਹ ਚੋਂ ਪੂਰਾ ਸੱਪ ਵੀ ਨਹੀਂ ਨਿਕਲਦਾ ਭੱਜ ਜਾਂਦੇ ਆ ਇੱਦਾਂ ਪਰਾਏ ਘਰ ਤੋਂ ਭੱਜਣਾ ਚਾਹੀਦਾ ਪਰ ਯਾਦ ਰੱਖਿਓ ਜਿਹੜੇ ਅਸੀਂ ਕਲਚਰ 'ਚ ਜੀ ਰਹੇ ਮੈਨੂੰ ਤੁਹਾਨੂੰ ਕੁਛ ਬਹੁਤਾ ਦੱਸਣ ਦੀ ਲੋੜ ਨਹੀਂ ਆ ਖਾਸ ਤੌਰ 'ਤੇ ਇੰਟਰਨੈਟ ਨੇ ਟਿਕਟੌਕ ਨੇ ਜਿਹੜਾ ਅੱਜ ਕੱਲ੍ਹ ਦਾ ਸਮਾਂ ਵਾ ਇਹ ਕੰਮ ਸੌਖੇ ਕਰ ਦਿੱਤੇ ਆ ਗੁਰੂ ਤੋਂ ਬਾਹਰ ਹੋ ਕੇ ਕਰੋਗੇ ਗੁਰੂ ਤੋਂ ਬਾਹਰ ਹੋ ਕੇ ਮਰੋਗੇ ਕਰੋੜਾਂ ਦਿਨ ਦੁੱਖ ਪਾਓਗੇ ਇਹ ਨਿਯਮ ਆ ਦਿਸ ਇਜ਼ ਡਨ ਇਟਸ ਨੋਟ ਫੋਰ ਯੂ ਔਰ ਮੀ ਟੂ ਡਿਸਾਈਡ ਵਟਸ ਗੋਇੰਗ ਟੂ ਹੈਪਨ ਦਿਸ ਇਜ਼ ਅ ਲਾਅ ਦਿਸ ਇਜ਼ ਅ ਆਰਡਰ ਸੋ ਯੂ ਆਦਰ ਫੋਲੋ ਔਰ ਯੂ ਸਫਰ ਇਟਸ ਅ ਸਿੰਪਲ ਐਜ਼ ਦੈਟ ਤਾਂ ਜੈਸਾ ਸੰਗ ਬੀਸੀਅਰ ਸਿਓ ਹੈ ਰੇ ਤੈ ਸੋ ਹੀ ਇਹ ਪਰਗਰੇ ਸਾਡੀ ਹਾਲਤ ਕੀ ਹੋ ਗਈ ਇੰਨੇ ਮਾੜੇ ਹਾਲਾਤਾਂ 'ਚ ਅਸੀਂ ਪਰ ਧਨ ਪਰ ਤਨ ਪਰਤੀ ਨਿੰਦਾ ਨਾ ਅਸੀਂ ਪਰਾਏ ਧਨ ਤੋਂ ਗੁਰੇਜ਼ ਕਰਦੇ ਹਾਂ ਨਾ ਪਰਾਏ ਤਨ ਤੋਂ ਸਰੀਰ ਤੋਂ ਹੀ ਗੁਰੇਜ਼ ਕਰਦੇ ਹਾਂ ਨਾ ਪਰਾਈ ਨਿੰਦਾ ਤੋਂ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੁੱਟੈ ਫਿਰ ਕੀ ਹੋਊਗਾ ਆਵਾ ਗਮਨ ਹੋਤ ਹੈ ਫੁੰਨ ਫੁੰਨ ਇਹ ਪ੍ਰਸੰਗ ਨਾ ਟੁੱਟੈ ਤੂੰ ਦੁਨੀਆ 'ਚ ਆਉਂਦਾ ਜਾਏਗਾ ਦੁੱਖ ਪਾਉਂਦਾ ਰਹੇਗਾ ਵਾਪਸ ਜਾਂਦਾ ਰਹੇਗਾ ਇਹ ਜਿਹੜਾ ਪ੍ਰਸੰਗ ਆ ਇਹ ਪ੍ਰੋਸੈਸ ਕਦੀ ਵੀ ਖਤਮ ਨਹੀਂ ਹੋਏਗਾ ਤੇਰਾ ਇਸ ਕਰਕੇ ਗੁਰੂ ਸਾਹਿਬ ਨੇ ਕਹਿ ਦਿੱਤਾ ਤੱਤ ਦੀ ਗੱਲ ਅਖੀਰ 'ਚ ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਵੇ ਬਿਨ ਸਤਿਗੁਰ ਸੁੱਖ ਨਾ ਪਾਵੇ ਫਿਰ ਜੋਨੀ ਪਾਹੇ ਜੇ ਤੂੰ ਲੱਖਾਂ ਇਸਤਰੀਆਂ ਦਾ ਵੀ ਸੰਗ ਕਰ ਲੇ ਸਾਰੀ ਦੁਨੀਆ ਦਾ ਰਾਜ ਵੀ ਕਮਾ ਲੇ ਜੇ ਸਤਿਗੁਰ ਦੀ ਸ਼ਰਨ 'ਚ ਨਹੀਂ ਆਇਆ ਤਾਂ ਤੈਨੂੰ ਜਿਹੜਾ ਵਾ ਇਹ ਸੁੱਖ ਨਹੀਂ ਤੇਰੀ ਆਤਮਾ ਨੂੰ ਸੁੱਖ ਨਹੀਂ ਹੋਏਗਾ ਆਓ ਇਸ ਰਸਤੇ 'ਤੇ ਆਈਏ ਗੁਰੂ ਸਾਹਿਬ ਦੇ ਦੱਸੇ ਮਾਰਗ 'ਤੇ ਚੱਲੀਏ ਭਾਈ ਜੋਗਾ ਸਿੰਘ ਜਰਵੇਸਵਾ ਦੇ ਕੋਠੇ 'ਤੇ ਜਾਣ ਲਈ ਤਿਆਰ ਹੋ ਗਿਆ ਤਿੰਨ ਵਾਰ ਰਾਜ 'ਚ ਜਾਂਦਾ ਤਿੰਨ ਵਾਰ ਹਰ ਵਾਰ ਜਾਂਦਾ ਅਤੇ ਇੱਕ ਚੋਬਦਾਰ ਦਰਵਾਜ਼ੇ 'ਤੇ ਖੜਾ ਵਾ ਉਸ ਤੋਂ ਵੇਖ ਕੇ ਫਿਰ ਮੁੜ ਆਉਂਦਾ ਵਾ ਦੂਜੀ ਵਾਰ ਜਾਂਦਾ ਤੀਜੀ ਵਾਰ ਜਾਂਦਾ ਅਤੇ ਅੱਜ ਇੱਥੋਂ ਤੱਕ ਲਿਖਿਆ ਜਾਂਦਾ ਕਿ ਸਵੇਰ ਦਾ ਅੰਮ੍ਰਿਤ ਵੇਲਾ ਹੋ ਜਾਂਦਾ ਅਤੇ ਉਹ ਚੋਬਦਾਰ ਫਿਰ ਕਹਿੰਦਾ ਤੂੰ ਵੇਖਣ ਨੂੰ ਤਾਂ ਸਿੱਖ ਲੱਗਦਾ ਆਹ ਵੇਲਾ ਤਾਂ ਸਿੱਖਾਂ ਦਾ ਨਿਤਨੇਮ ਦਾ ਹੁੰਦਾ ਤੂੰ ਕਿੱਥੇ ਤੁਰਿਆ ਫਿਰਦਾ ਤੁਰੇ ਫਿਰਦੇ ਨਾ ਅੱਜ ਕੱਲ੍ਹ ਸਿੱਖਾਂ ਦੇ ਵਿੱਚ ਕਲੱਬਾਂ ਦੇ ਵਿੱਚ ਨਾਈਟ ਕਲੱਬਾਂ ਦੇ ਵਿੱਚ ਸਵੇਰ ਸਵੇਰ ਤੱਕ ਉੱਥੋਂ ਚੋਟ ਪੈਂਦੀ ਆ ਵਾਪਸ ਆਨੰਦਪੁਰ ਸਾਹਿਬ ਨੂੰ ਚਲਿਆ ਜਾਂਦਾ ਜਾਣ ਜਾਂਦਾ ਕਿ ਦਸਵੇਂ ਪਾਤਸ਼ਾਹ ਸੀਗੇ ਦਸਵੇਂ ਪਾਤਸ਼ਾਹ ਨੇ ਆਪ ਆਪਣੇ ਬੱਚੇ ਦੀ ਰੱਖਿਆ ਕੀਤੀ ਪ੍ਰਤੱਖ ਦਰਸ਼ਨ ਦੇ ਕੇ ਚੋਬਦਾਰ ਬਣ ਕੇ ਇੱਥੋਂ ਤੱਕ ਗੁਰੂ ਸਾਹਿਬ ਜਾਂਦੇ ਜੇ ਪਿਆਰ ਕਰੀਏ ਤਾਂ ਜੇ ਨਹੀਂ ਕਰਦੇ ਤਾਂ ਤੁਹਾਨੂੰ ਤਾਂ ਮੈਨੂੰ ਕਿਉਂ ਨਹੀਂ ਬਚਾਉਂਦੇ ਫਿਰ ਕਿਉਂ ਕਿਉਂਕਿ ਸਾਡਾ ਪਿਆਰ ਨਹੀਂ ਹੈਗਾ ਸਾਡਾ ਪਿਆਰ ਦਿਖਾਵਾ ਵਾ ਸਾਡਾ ਪਿਆਰ ਝੂਠਾ ਵਾ ਕਹਿਣ ਦੀ ਗੱਲ ਥੋੜ੍ਹੀ ਗਲਤ ਕਰਨੀ ਹੁੰਦੀ ਆ ਕਹਿਣ ਨੂੰ ਤਾਂ ਸਾਰੇ ਹੀ ਅਸੀਂ ਕਹਿੰਦੇ ਅਸੀਂ ਗੁਰੂ ਜੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਸੋ ਇਹ ਅਸਥਾਨ ਭਾਈ ਜੋਗਾ ਸਿੰਘ ਦੀ ਯਾਦ ਦੇ ਵਿੱਚ ਭਾਈ ਜੋਗਾ ਸਿੰਘ ਨੂੰ ਫਿਰ ਗੁਰੂ ਸਾਹਿਬ ਕੋਲ ਜਾ ਕੇ ਸੰਗਤ ਦੇ ਵਿੱਚ ਸਾਰੀ ਗੱਲ ਸੁਣਾਉਂਦੇ ਭਾਈ ਜੋਗਾ ਸਿੰਘ ਆਪਣੀ ਗਲਤੀ ਦੀ ਗੁਰੂ ਸਾਹਿਬ ਮਾਫ਼ ਕਰਦੇ ਆ ਭਾਈ ਜੋਗਾ ਸਿੰਘ 'ਤੇ ਪ੍ਰਸੰਨ ਹੁੰਦੇ ਆ ਫਿਰ ਭਾਈ ਜੋਗਾ ਸਿੰਘ ਨੂੰ ਪਿਸ਼ਾਵਰ ਭੇਜਦੇ ਆ ਉੱਥੇ ਜਾ ਕੇ ਭਾਈ ਜੋਗਾ ਸਿੰਘ ਜੀ ਫਿਰ ਪ੍ਰਚਾਰ ਕਰਦੇ ਰਹਿੰਦੇ ਆ ਔਰ ਉਹ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਅੱਜ ਯਾਦ 'ਚ ਬਣਿਆ ਹੋਇਆ ਉਹ ਧਰਮਸਾਲ ਸੀ ਉੱਥੇ ਉਹਨਾਂ ਨੇ ਫਿਰ ਪ੍ਰਚਾਰ ਕੀਤਾ ਪਿਸ਼ਾਵਰ ਦੇ ਵਿੱਚ ਇਹ ਅਸਥਾਨ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਬਹੁਤ ਪੰਜ ਗੁੰਬਦ ਉੱਥੇ ਬਣੇ ਹੋਏ ਆ ਹੋਰ ਅਸਥਾਨ ਆ ਗਲੀ ਹੈ ਵਿੱਚੋਂ ਦੀ ਲੰਘਦੀ ਇਹ ਉਹ ਸਾਈਡ ਆ ਜਿੱਥੇ ਵੇਸਵਾ ਦਾ ਅੱਡਾ ਸੀ ਉਹ ਸਾਈਡ ਆ ਜਿੱਥੇ ਸਰਾਂ ਸੀਗੀ ਉਹਦਾ ਦਰਵਾਜ਼ਾ ਤੁਸੀਂ ਦਰਸ਼ਨ ਕਰ ਰਹੇ ਹਾਂ ਔਰ ਇਹ ਇੱਥੋਂ ਦਾ ਇਤਿਹਾਸ ਆ ਜੀ ਸੰਗਤ ਜੀ ਹੋਈਆਂ ਭੁੱਲਾਂ ਦੀ ਮੁਆਫ਼ੀ ਕੋਸ਼ਿਸ਼ ਕੀਤੀ ਇਹ ਗੱਲ ਗੁਰਬਾਣੀ ਦੇ ਆਧਾਰ 'ਤੇ ਹੋਵੇ ਨਾ ਇੱਧਰ ਦੀਆਂ ਮਾਰੀਏ ਨਾ ਉੱਧਰ ਦੀਆਂ ਮਾਰੀਏ ਮੰਨਣੀ ਨਾ ਮੰਨਣੀ ਤੁਹਾਡੀ ਮਰਜ਼ੀ ਆ ਇੱਦਾਂ ਹੀ ਫਿਰ ਗੁਰੂ ਦੀ ਮਰਜ਼ੀ ਆ ਕਿ ਉਸਨੇ ਕੀ ਕਰਨਾ ਮੰਨੋਗੇ ਤਾਂ ਗੁਰੂ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਹੋਈਆਂ ਭੁੱਲਾਂ ਦੀ ਮੁਆਫ਼ੀ ਨਿਸ਼ਾਨ ਸਿੰਘ ਆਸਟ੍ਰੇਲੀਆ ਪੇਜ ਫੇਸਬੁੱਕ 'ਤੇ ਯੂਟਿਊਬ 'ਤੇ ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਅਤੇ ਸਾਡੀ ਵੈਬਸਾਈਟ ਨਿਸ਼ਾਨ ਸਿੰਘ ਆਸਟ੍ਰੇਲੀਆ .com ਲਾਈਕ ਸ਼ੇਅਰ ਜ਼ਰੂਰ ਕਰੋ ਜੀ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ